ਹਾਂਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਟਾਫ ਨਰਸ ਦਾ ਜੋ ਐਗਜ਼ਾਮ ਹੋਇਆ ਸੀ ਉਸ ਦਾ ਰਿਜ਼ਲਟ ਆ ਚੁੱਕਿਆ ਹੈ ਅਤੇ ਰਾਤ ਕੱਲ ਰਾਤੀ ਉਸ ਦੀ ਮੈਰਿਟ ਲਿਸਟ ਵੀ ਕੈਟਾਗਰੀ ਵਾਈਜ਼ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਹੈ ਸੋ ਸੋ ਸਭ ਤੋਂ ਪਹਿਲਾਂ ਮੈਂ ਰਿਕੁਐਸਟ ਕਰਨੀ ਚਾਹੁੰਨਾ ਕਿ ਜਿਹੜੇ ਵੀ ਭੈਣ ਭਰਾ ਜਾਂ ਸਟੂਡੈਂਟ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਤੇ ਬੈਲ ਆਈਕਨ ਨੂੰ ਦਬਾ ਦੇਣ ਤਾਂ ਕਿ ਆਉਣ ਵਾਲੇ ਸਾਰੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਹੁਣ ਗੱਲ ਕਰਦੇ ਆਂ ਜੀ ਬਾਬਾ ਫਰੀਦ ਯੂਨੀਵਰਸਿਟੀ ਦੁਆਰਾ ਜਾਰੀ ਕੀਤੀ ਗਈ ਮੈਰਿਟ ਲਿਸਟ ਬਾਰੇ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਜੇ ਮੈਰਿਟ ਲਿਸਟ ਡਾਊਨਲੋਡ ਕਰਨੀ ਆ ਤਾਂ ਬਾਬਾ ਫਰੀਦ ਯੂਨੀਵਰਸਿਟੀ ਆਫ ਸਾਇੰਸ ਦੇ ਆਫੀਸ਼ੀਅਲ ਵੈਬਸਾਈਟ ਦੇ ਪੇਜ ਤੇ ਜਾਣਾ ਹੈ ਆ ਦੇਖੋ ਜੀ نیچے ਇੱਥੇ ਪ੍ਰੋਵੀਜ਼ਨਲ ਕੈਟਾਗਰੀ ਵਾਈਜ਼ ਮੈਰਿਟ ਲਿਸਟ ਆਫ ਸਟਾਫ ਨਰਸਾ ਜੀ ਇੱਥੇ ਕਲਿੱਕ ਕਰਨਾ ਹੈ ਤੇ ਅੱਗੇ ਦੇਖੋ ਸਾਰੀਆਂ ਹੀ ਓਪਨ ਮੈਰਿਟ ਓਪਨ ਮੈਰਿਟ ਫੀਮੇਲ BC ਜਨਰਲ ਸਾਰੇ ਹੀ ਆਪਸ਼ਨ ਨੇ ਸੋ ਇਹ ਸਾਰੇ ਤੁਸੀਂ ਜਿਹੜੀ ਵੀ ਕੈਟਾਗਰੀ ਨੂੰ ਆ ਬਿਲੋਂਗ ਕਰਦੇ ਹੋ ਡਾਊਨਲੋਡ ਕਰ ਲੈਣਾ ਹੈ ਤੇ ਆਪਣਾ ਰੋਲ ਨੰਬਰ ਚੈੱਕ ਕਰ ਲੈਣਾ ਹੈ ਕਿ ਆਇਆ ਹੈ ਜਾਂ ਨਹੀਂ ਆਇਆ ਹੈ ਹਾਂਜੀ ਸੋ ਇਸ ਤੋਂ ਬਾਅਦ ਜੀ ਆਪਾਂ ਗੱਲ ਕਰਦੇ ਆ ਓਪਨ ਮੈਰਿਟ ਲਿਸਟ ਦੀ ਹਾਂਜੀ ਓਪਨ ਮੈਰਿਟ ਲਿਸਟ ਤੇ ਆਪਾਂ ਜਾਣਦੇ ਆ ਹਾਂਜੀ ਆ ਦੇਖੋ ਜੀ ਓਪਨ ਮੈਰਿਟ ਲਿਸਟ ਦਾ ਪੇਜ ਖੁੱਲ ਗਿਆ ਹੈ ਆ ਦੇਖੋ ਜੀ ਸਿਰਫ ਇੱਕ ਬੱਚੇ ਦੇ ਹੀ 80 ਨੰਬਰ ਆਏ ਹਨ ਸੋ ਬਾਕੀ ਇੱਥੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਓਪਨ ਮੈਰਿਟ ਲਿਸਟ ਆ ਜਿਹੜੀ ਇਹਨਾਂ ਨੇ 413 ਪੇਜਾਂ ਦੀ ਘੜ ਦਿੱਤੀ ਹੈ ਤੇ ਮੇ ਵੀ ਜਿਹੜਾ ਰਿਜ਼ਲਟ ਸੀਗਾ ਦੇਖਿਓ ਤੁਸੀਂ ਚੈੱਕ ਕਰਿਓ ਕਿ 10730 30 ਸਟੂਡੈਂਟ ਹੀ ਨੇ ਜਦਕਿ 900 ਪੋਸਟਾਂ ਨੇ ਪਹਿਲਾ ਓਪਨ ਮੈਰਿਟ ਅੱਗੇ 3 ਗੁਣਾ ਬੁਲਾਉਂਦੇ ਹੁੰਦੇ ਆ ਇਹ ਸਾਰੀ ਹੀ ਲਿਸਟ ਜਾਰੀ ਕਰਤੀ ਇਹਨਾਂ ਨੇ ਹੁਣ ਇਹਨਾਂ ਨੇ ਰੱਖਣੇ ਕਿਹੜੇ ਨੇ ਉਹ ਜੀ ਤੁਸੀਂ ਦੇਖ ਸਕਦੇ ਹੋ 900 ਪੋਸਟਾਂ ਨੇ ਤਾਂ ਉਤਲੇ 900 ਦੇਖ ਲਓ ਹਾਂਜੀ ਆਪਾਂ ਦੇਖਦੇ ਹਾਂ ਜੀ ਕਿੱਥੇ ਤੱਕ ਗਈ ਆ ਇਹ ਮੈਰਿਟ ਹਾਂਜੀ ਆ ਦੇਖੋ ਜੀ 1600 ਤੱਕ ਮੈਂ ਤੁਹਾਨੂੰ ਕਿਹਾ ਸੀ ਕੱਲ ਵੀ 40 ਤੋਂ 45 ਤੱਕ ਸਟਾਰਟ ਹੋ ਸਕਦੀ ਆ ਪਰ ਇਹ ਉਸ ਤੋਂ ਥੋੜੀ ਉੱਤੇ ਚਲੀ ਗਈ ਹੈ 1 ਮਿੰਟ ਜੀ ਦਿਖਾਉਨੇ ਆ ਤੁਹਾਨੂੰ ਸਾਰੀ ਇਨਫੋਰਮੇਸ਼ਨ ਆ ਦੇਖੋ ਜੀ 937 48 ਨੰਬਰ ਨੇ ਜੀ ਹੁਣ ਗੱਲ ਇਹ ਆ ਵੀ ਇਦੇ ਵਿੱਚ ਜਿਹੜੇ ਜਰਨਲ ਆਉ ਤਾਂ ਉਹਨਾਂ ਨੇ ਉੱਪਰੋਂ ਰੱਖ ਲੈਣੇ ਆ ਠੀਕ ਹੈ ਜੀ ਜਿਹੜੇ ਉੱਤੇ ਆਇਆ ਤੇ ਬਾਕੀ ਨੰਬਰਾਂ ਦੇ ਅਕੋਰਡਿੰਗ ਹੀ ਹੋਵੇਗੀ ਕਿਉਂਕਿ ਓਪਨ ਮੈਰਿਟ ਲਿਸਟ ਦੇ ਵਿੱਚ ਥੋੜਾ ਜੀ ਉਸ ਤੋਂ ਬਾਅਦ ਇੱਕ ਡਿਫਰੈਂਸ ਆਉਂਦਾ ਹੁੰਦਾ ਬਾਕੀ ਕੈਟਾਗਰੀਆਂ ਚ ਦੇ ਸਾਰੇ ਹੀ ਵਿੱਚ ਆ ਜਾਣੇ ਆ ਇਹਦੇ ਤੇ ਇਹਦੇ ਤੇ ਇਸ ਤੋਂ ਬਾਅਦ ਪਹਿਲਾਂ ਇਹਦੇ ਵਿੱਚੋਂ ਰੱਖਣਗੇ ਜਿੰਨੇ ਜਰਨਲ ਜਾਂ ਜਰਨਲ ਇਸਤਰੀ ਰੱਖਣੇ ਆ ਤੇ ਉਸ ਤੋਂ ਬਾਅਦ ਫਿਰ ਕੈਟਾਗਰੀਆਂ ਵਾਈਜ਼ ਬੁਲਾਉਣਗੇ ਬਾਕੀ ਜਿਹੜੇ ਇਹਦੇ ਵਿੱਚ ਆਉਂਦੇ ਆ ਚਾਹੇ ਉਹ ਕਿਸੇ ਕੈਟਾਗਰੀ ਨੂੰ ਬਿਲੋਂਗ ਕਰਦੇ ਆ ਚਾਹੇ ਉਹ ਦੂਸਰੇ ਨੇ ਜਰਨਲ ਹੋ ਸਕਦਾ ਉਹਨਾਂ ਦੀਆਂ ਪੋਸਟਾਂ ਥੋੜੀਆਂ ਘੱਟ ਸਕਦੀਆਂ ਹੁੰਦੀਆਂ ਨੇ ਕਿਉਂਕਿ ਵਿੱਚ ਐਕਸਪੀਰੀਅੰਸ ਵਾਲੇ ਜਾਂ ਦੂਜੇ ਆ ਜਾਂਦੇ ਨੇ ਜਰਨਲ ਦਾ ਨੁਕਸਾਨ ਹੋ ਸਕਦਾ ਪਰ ਬਾਕੀ ਜਿਹੜੇ ਆਏ ਨੇ ਉਹਨਾਂ ਦਾ ਤਾਂ ਨੰਬਰ ਲੱਗਣ ਦੇ ਕਾਫੀ ਚਾਂਸ ਨੇ ਸੋ ਇਨਫੋਰਮੇਸ਼ਨ ਕਿੱਦਾਂ ਦੀ ਲੱਗੀ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਬਨੇ ਰਹੋ ਚੈਨਲ ਦੇ ਉੱਤੇ ਹੋਰ ਅਪਡੇਟਸ ਲਈ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਵੀਡੀਓ ਦੇਖਣ ਲਈ ਥੈਂਕ ਯੂ